ਮੀਟਿੰਗਾਂ ਕੀਤੀਆਂ ਔਰ ਸਮਾਨ ਮੰਗਾ ਰਹੇ ਨੇ ਇਸ ਵਾਸਤੇ ਕਿ ਅੱਲਾਹ ਤਾਲਾ ਨੇ ਸਾਨੂੰ ਸਭ ਕੁਛ ਦਿੱਤਾ ਹੈ ਐਸੀ ਕੋਈ ਗੱਲ ਨਹੀਂ ਕਿ ਅੱਜ ਔਖਾ ਵਕਤ ਅਸੀਂ ਕੁਛ ਨਾ ਕਰ ਸਕੀਏ ਮੈਂ ਸਮਝਦਾ ਕਿ ਇੱਕ ਬਹੁਤ ਬੜਾ ਜੁਰਮ ਅਤੇ ਮੈਂ ਸਮਝਦਾ ਅੱਲਾਹ ਤਾਲਾ ਦੁਨੀਆਂ 'ਤੇ ਵੀ ਅਜ਼ਰ ਦੇਗਾ ਅਤੇ ਖੁੱਲ੍ਹ ਕੇ ਆਪਣੀ ਰਾਏ ਦਿਓ ਕਿ ਇਸ ਤਰੀਕਾ ਕਰ ਪੂਰੇ ਸ਼ਹਿਰ ਨੂੰ ਬਚਾਉਣਾ ਹੈ ਪੂਰੇ ਇਲਾਕੇ ਨੂੰ ਅਸੀਂ ਬਚਾਉਣਾ ਹੈ ਮੈਂ ਕੋਈ ਮੀਟਿੰਗ ਬੁਲਾਈ ਸ਼ਾਇਦ ਕੋਈ ਲੋਕ ਸਮਝਣਗੇ ਜੇ ਪੋਲੀਟੀਕਲ ਕਿ ਸਾਡੀ ਡਿਸਟ੍ਰਿਕਟ ਇੰਤਜ਼ਾਮੀਆ ਸਾਡੇ ਨਾਲ ਮੀਟਿੰਗ ਕਰੇ ਤਹਿਸੀਲ ਲੈਵਲ 'ਤੇ ਡਿਸਟ੍ਰਿਕਟ ਲੈਵਲ 'ਤੇ ਤਹਿਸੀਲ ਲੈਵਲ 'ਤੇ ਲੇਕਿਨ ਕਿਸੇ ਸ਼ਖਸ ਨੇ ਕੋਈ ਮੀਟਿੰਗ ਨਹੀਂ ਕੀਤੀ ਇਸ ਵਕਤ ਸਿਰਫ ਔਰ ਸਿਰਫ ਸਿਆਸਤ ਹੋ ਰਹੀ ਉਹ ਮੈਂ ਦੱਸਣਾ ਚਾਹੁੰਦਾ ਕਿਹਾ ਜਿਹੜੇ ਪੀ ਟੀ ਆਈ ਦੇ ਮੈਂਬਰ ਨੇ ਸਿਆਸਤ ਕੀਤੀ ਜਾ ਰਹੀ ਇਸ ਉੱਪਰ ਯਕੀਨ ਕਰੋ ਮੈਂ ਤੁਹਾਨੂੰ ਕਹਿੰਦਾ ਕੋਈ ਸਿਆਸਤ ਦਾ ਟਾਈਮ ਨਹੀਂ ਪੂਰੇ ਵਾਸਤੇ ਸਾਰੇ ਦੋਸਤਾਂ ਅੱਗੇ ਗੁਜ਼ਾਰੇ ਸੀ ਕਿ ਆਪਣੀਆਂ ਤਜਵੀਜ਼ ਤੁਸੀਂ ਦਿਓ ਆਪਣੇ ਮੁਤਾਬਕ ਸਾਡੀ ਦੁਕਾਨ ਤੁਹਾਡੀ ਦੁਕਾਨ